जम्मू की सिख संगत के बारे में हम आपको लगातार बताने की कोशिश कर रहे हैं कि वो आखिरकार किस तरह से चल रही थी, क्या क्या सामान लेकर आई थी। पर सबसे बड़ी बात ये है कि सिंगू बॉर्डर पर आकर उन्होंने भी वो चीज़ें शुरू की हैं जो यहाँ पर आपको हर कोई करता हुआ नजर आ जाएगा, यानी कि लंगर की प्रिपरेशन, खाने में मदद, ताकि यहाँ पर किसी तरह की कोई भी परेशानी ना हो। ये चीज़ जाननी और देखनी बहुत ज़्यादा जरूरी है। यहाँ पर भी अभी आप देख सकते हैं कि इस समय जो है वो अब दोपहर का हो रहा है और दोपहर के समय का खाना अब बनना शुरू हो गया है। दोपहर के समय का खाना अब किस तरह से बनेगा, क्या होगा और क्या क्या तैयारियाँ जो हैं वो हो रही हैं, ये जानते। इस वेले दोपहर के खाने की जी तैयारी और शुरू हो गई है, कितना चल रहा है? बहुत वजिए चल रहा है जी। की चल रहा है, की बनूगा आज? मटर, आलू मटर बन गए, तो मिक्स सब्जी बनेगी, तो रोटी बनेगी। लगातार तैयारी चल रही है जी। लंगर 24 घंटे लंगर चल रहा है, बड़ी गुरु साहब की कृपा वा। ये मतलब के पूरा पंजाब इतने विछा हो जी, पंजाब सारा इतने आ के, मतलब बहुत मालक की कृपा, बहुत वधिया जी। गुरु नानक पातशाह जी ने लंगर जिहड़ा चलाया 24 घंटे ही चल रहा जी इतने लंगर, बहुत कृपा जी, बहुत वधिया। बहुत धन्यवादी हैं सब का, संगत आ रही है पंजाब तो आ रही, जम्मू तो आ रही, सारे ही भारत तो कड़ी संगत आ, ਭਾਵਾਂ ਕਿੱਦਾਂ ਮਰਜ਼ੀ ਦੋ ਚਾਰ ਕਿੰਨੇ ਵੀ ਜਥਾ ਆ ਰਿਹਾ ਜੀ। ਬਹੁਤ 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 ਧੰਨਵਾਦੀ ਹਾਂ ਸਭ ਦਾ ਜੀ, ਬਹੁਤ ਵਧੀਆ ਕਿਰਪਾ ਚੱਲ ਰਿਹਾ ਜੀ। ਇਹ ਅਸੀਂ ਮੋਰਚਾ ਫਤਿਹ ਕਰਕੇ ਜਾਵਾਂਗੇ ਜੀ। ਬਿਲਕੁਲ, ਮੋਰਚਾ ਫਤਿਹ ਕਰਕੇ ਜਾਵਾਂਗੇ, ਇਹ ਗੱਲ ਤਾਂ ਇਹਨਾਂ ਨੇ ਬਿਲਕੁਲ ਕਲੀਅਰ ਕਰਤੀ ਹੈ। ਹੁਣ ਜਿਹੜੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੰਮੂ ਦੀ ਸੰਗਤ ਵੀ ਇੱਥੇ ਮੌਜੂਦ ਹੈ, ਉਹਨਾਂ ਨਾਲ ਗੱਲ ਕਰ ਰਹੇ ਹਾਂ, ਤੁਸੀਂ ਵੀ ਇੱਥੇ ਆ ਕੇ ਸ਼ੁਰੂ ਕਰਤਾ, ਹਾਲੇ ਤੱਕ ਕਿੰਨੀ ਜ਼ਿਆਦਾ ਲੋਕਾਂ ਨਾਲ ਗੱਲਬਾਤ ਹੋਈ ਹੈ, ਕੀ ਲੋਕਾਂ ਕਹਿ ਰਹੇ ਨੇ, ਕੀ ਤੁਸੀਂ ਹਾਲੇ ਤੱਕ ਸੁਣਿਆ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਸੀਂ ਕੱਲ੍ਹ ਤੋਂ ਸਾਡੀ ਇਹ ਜਿਹੜਾ ਅਸੀਂ ਪ੍ਰੋਟੈਸਟ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚੇ ਹਾਂ, ਤੁਸੀਂ ਸਾਡੀ ਹਰ ਇੱਕ ਕਵਰੇਜ ਕੀਤੀ, ਮੈਂ ਜਿੱਥੇ ਜੰਮੂ ਪਰਿਵਰਤਨ ਦਾ ਧੰਨਵਾਦ ਕਰਦਾ ਹਾਂ, ਉੱਥੇ ਹੀ ਜਿੰਨੇ ਵੀ ਮੇਰੇ ਵੀਰ ਭੈਣਾਂ ਮਾਤਾਵਾਂ ਜਿਹੜੀਆਂ ਸਾਡੇ ਨਾਲ ਇਸ ਸੰਘਰਸ਼ ਵਿੱਚ ਸ਼ਾਮਿਲ ਹੋਈਆਂ ਨੇ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਤੁਸੀਂ ਦੇਖ ਰਹੇ ਹੋ ਕਿ ਜੋ ਅਸੀਂ ਉੱਥੋਂ ਪੀੜਾ ਚੁੱਕ ਕੇ ਚਲੇ ਸਾਂ ਕਿ ਅਸੀਂ ਉਸ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ, ਔਰ ਅਸੀਂ ਆਪਣਾ ਹਿੱਸਾ ਇਹ ਸੇਵਾ ਕਰਕੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਲੰਗਰ ਚਲਾਇਆ ਹੈ ਉਹਦੇ ਵਿੱਚ ਅਸੀਂ ਇਹ ਸੇਵਾ ਕਰਕੇ ਅਤੇ ਜਿਹੜਾ ਹਿੱਸਾ ਪਾ ਰਹੇ ਹਾਂ, ਇਹੋ ਸਾਡੇ ਵਾਸਤੇ ਸਭ ਤੋਂ ਵੱਡੀ ਉਪਲਬਧੀ ਹੈ। ਜਿਸ ਤਰ੍ਹਾਂ ਕਿ ਮੈਂ ਕੱਲ੍ਹ ਵੀ ਇਹ ਚੀਜ਼ ਬੋਲੀ ਸੀ ਕਿ ਜਿਹੜਾ ਬੰਦਾ ਇਸ ਅੰਦੋਲਨ 'ਤੇ ਨਾ ਪਹੁੰਚਿਆ, ਮੇਰੇ ਹਿਸਾਬ ਨਾਲ ਉਹ ਸਭ ਤੋਂ ਵੱਡਾ ਬਦਕਿਸਮਤ ਹੋਏਗਾ। ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਸੰਘਰਸ਼ ਹੈ, ਜਿੱਥੇ ਗੁੰਗੀ ਬਹਿਰੀ ਸਰਕਾਰ ਭਾਰਤੀ ਜਨਤਾ ਪਾਰਟੀ ਜਿਹਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਜਿਹਨੂੰ ਇੱਥੇ ਦੀ ਇੰਨੀ ਜਿਹੜੀ ਜੋ ਤੁਸੀਂ ਇੱਥੇ ਪ੍ਰਿਪਰੇਸ਼ਨ ਦੇਖ ਰਹੇ ਹੋ, ਉਹਨੂੰ ਇਹ ਨਹੀਂ ਲੱਭ ਰਿਹਾ ਸਿਰਫ ਉਹਨੂੰ ਆਪਣੀ ਕੁਰਸੀ ਲੱਭ ਰਹੀ ਹੈ, ਮੈਂ ਉਹਨੂੰ ਤੁਹਾਡੇ ਚੈਨਲ ਰਾਹੀਂ ਇਹ ਚੀਜ਼ ਬੋਲ ਦੇਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਨਾ ਤੇਰੀ ਸਰਕਾਰ ਰਹਿਣੀ ਹੈ ਅਤੇ ਨਾ ਤੇਰੀ ਕੁਰਸੀ ਰਹਿਣੀ ਹੈ। ਅੱਖਾਂ ਖੋਲ੍ਹ ਲੈ, ਅੱਖਾਂ ਖੋਲ੍ਹ ਕੇ ਇਹਨਾਂ ਕਿਸਾਨ ਜਿਹੜੇ ਸਾਡੇ ਅੰਨਦਾਤਾ ਇਹਨਾਂ ਵਾਲੇ ਪਾਸੇ ਦੇਖ, ਔਰ ਸਾਡਾ ਹੱਕ ਸਾਨੂੰ ਦਿਓ। ਇੱਕ ਗੱਲ ਬਿਲਕੁਲ ਕਲੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਭਾਈ ਆਪਾਂ ਨੂੰ ਇੱਥੇ ਜਿੰਨੀ ਦੇਰ ਬਹਿਣਾ ਪਵੇ ਬਵਾਂਗੇ, ਇੱਧਰੋਂ ਹਿੱਲਣ ਵਾਲੇ ਨਹੀਂ ਜਾਂ ਤੱਕ ਸਾਡੀ ਗੱਲ ਸੁਣੀ ਸਮਝੀ ਨਹੀਂ ਜਾਂਦੀ। ਇਹ ਗੱਲ ਬਿਲਕੁਲ ਕਲੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੰਨੇ ਵੀ ਇੱਥੇ ਲੋਕ, ਚਾਹੇ ਪੰਜਾਬ, ਰਾਜਸਥਾਨ, ਹਰਿਆਣਾ ਜਾਂ ਯੂਪੀ, ਬਿਹਾਰ, ਕਿੱਥੋਂ ਵੀ ਆਏ ਨੇ,
ਤੁਹਾਨੂੰ ਕੀ ਲੱਗਦਾ ਕਮੈਂਟ ਬਾਕਸ ਮੈਂ ਕਮੈਂਟ ਕਰਨਾ ਨਾ ਭੁੱਲਿਓ, ਬਣੇ ਰਹੋ ਜੰਮੂ ਪਰਿਵਰਤਨ ਨਾਲ, ਮੈਨੂੰ ਅਤੇ ਨਾਲ ਅਭਿਸ਼ੇਕ ਜੀ ਨੂੰ ਦਿਓ ਇਜਾਜ਼ਤ, ਨਮਸਕਾਰ।